मेरे पास किए गए सब तो पहला झंडा एक ही आ भी जोड़ा अस कल 7 जनवरी इतों सिंधु बॉर्डर तो असी 11 बजे KMP रोड से पहला रसोई ढाबे को जुड़ा एकत्र होवे उस तो उपरंत असी KMP रोड से चला हजार ट्रैक्टर की गिनती भी हो गई साड़ी बॉर्डर तो 11 बजे उधरों भी साढ़े ट्रैक्टर जोड़े वो चलन सो असी अपनी पूरी तैयारी करके कल असी वड्डी गिनती दे विच ट्रैक्टर मार्च कढ रहे हैगे जिहड़ा कि सरकार अजे भी सुती पई आ उहनूं जगाउण वास्ते ते आउण वाले समय की रिहर्सल कर रहे हैं जिस तरह सरकार 26 जनवरी की रिहर्सल करती है उस तरीके नाल ही रिहर्सल कर रहे हैगे असी वड्डी गिनती विच कल नूं उस मार्च करा सारे इकट्ठे होके असीं उस तों अगे जिहड़ा KMP रोड ते चलांगे और जिहड़े साहिबान ने इह अगे चलणगे उस तों पिछे सारे ट्रैक्टर चलणगे BJP ਦੇ ਪ੍ਰਧਾਨਮੰਤਰੀ ਨੂੰ ਸਾਫ ਤੌਰ ਤੇ ਉਹਨਾਂ ਵਿੱਚ ਇੱਕ ਗੱਲ ਨਜ਼ਰ ਆ ਰਹੀ ਹੈ ਕਿ ਹੱਲੇ ਵੀ ਕਾਨੂੰਨ ਵਾਪਸ ਲੈਣ ਦੇ ਰਾਹ ਦੇ ਵਿੱਚ ਹੈ ਨਹੀਂ ਸਰਕਾਰ ਦੇ ਨਾਲ ਦੀ ਨਾਲ ਇਹਨਾਂ ਵਿੱਚ ਫਾਇਦੇ ਹੈਗੇ ਨੇ ਜੇ ਫਾਇਦੇ ਦੇਖਣੇ ਤਾਂ UP ਦਾ ਮਾਡਲ ਚੈੱਕ ਕਰਨ ਬਿਹਾਰ ਦਾ ਮਾਡਲ ਦੇਖ ਲੈਣ ਕਿ ਉੱਥੇ ਹਾਲਾਤ ਹੁੰਦੇ ਪੈਣੇ ਉਸੇ ਤਰ੍ਹਾਂ ਸਾਡੇ ਵੀ ਹਾਲਾਤ ਕਰਨੇ ਚਾਹੁੰਦੇ ਨੇ MSP 1850 ਮੱਕੀ ਦਾ ਭਾਅ ਹੈਗਾ ਪੰਜਾਬ ਦੇ ਵਿੱਚ ਤੇ 650 ਰੁਪਏ ਨੂੰ ਮੱਕੀ ਵਿਕੀ ਆ 1200 ਰੁਪਏ ਉੱਥੇ ਕਿਸਾਨ ਦੀ ਲੁੱਟ ਕੀਤੀ ਗਈ ਆ ਇਹੋ ਜਿਹੇ ਮਾਡਲ ਸਾਨੂੰ ਨਹੀਂ ਚਾਹੀਦੇ ਨਾ ਇਹੋ ਜਿਹੇ ਕਾਨੂੰਨ ਚਾਹੀਦੇ ਨੇ ਇਹ ਕਾਨੂੰਨ ਰੱਦ ਕੀਤੇ ਤੋਂ ਬਿਨਾਂ ਅਸੀਂ ਆਪਣੇ ਹੱਕ ਲੈਣ ਤੋਂ 1 ਇੰਚ ਵੀ ਪਿੱਛੇ ਨਹੀਂ ਹਟਾ ਰਾਤ ਦੀਆਂ ਕੁਝ ਤਸਵੀਰਾਂ ਵਾਇਰਲ ਕਰਕੇ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਹੁਣ ਕਿਤੇ ਨਾ ਕਿਤੇ ਕਿਸਾਨ ਜਿਹੜੇ ਨੇ ਉਹ ਮੰਗਾ ਮੰਨ ਚੁੱਕੇ ਨੇ ਤੇ ਲੋਕੀ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਨੇ ਬਹੁਤ ਸਾਰੀ ਵੀਡੀਓ ਵਾਇਰਲ ਹੋ ਰਹੀਆਂ ਨੇ ਦੇਖੋ ਜੀ ਉਹ ਕੁਝ ਡੰਮੀ ਕਿਸਾਨ ਹੋ ਸਕਦੇ ਨੇ ਜਿਹੜੇ ਸਰਕਾਰਾਂ ਨਾਲ ਮਿਲੇ ਹੋਏ ਨੇ ਉਹ ਕਿਸਾਨੀ ਖੇਤੀ ਨਹੀਂ ਕਰਦੇ ਹੈਗੇ ਉਹ ਸਰਕਾਰ ਦੀ ਪਾਲੇ ਹੋਏ ਨੇ BJP ਦੇ ਉਹ RSS ਦੇ ਉਹ ਇਹ ਗੱਲ ਕਰਦੇ ਨੇ ਯਾਨੀ ਕਿ ਵੀ ਸਾਡੇ ਵਿੱਚੋਂ ਕੋਈ 32 ਜਥੇਬੰਦੀਆਂ ਦੇ ਵਿੱਚੋਂ ਜਾਂ ਸਾਡਾ ਕੋਈ ਵੀ ਕਿਸਾਨ ਅੱਜ ਤੱਕ ਇਦਾਂ ਦੀ ਗੱਲ ਨਹੀਂ ਕੀਤੀ ਹੈ ਦੇਖੋ ਇੱਕ ਵਿੱਚੋਂ ਇੱਕ ਦੋ ਗੱਲਾਂ ਕਹਿਣੀਆਂ ਚਾਹਾਂਗੇ ਜਿਹੜੀ ਗੱਲ ਬਲਵੰਤ ਜੀ ਨੇ ਕਹੀ ਹੈਗੀ ਆ ਵੀਰ ਨੇ ਇਧਰੋਂ ਸਵਾਲ ਪੁੱਛਿਆ ਕਿ ਇਸ ਤਰ੍ਹਾਂ ਦਾ ਇੱਕ ਵੀ ਘਟਨਾ ਜਾਂ ਸਾਡੇ ਸਾਹਮਣੇ 'ਚ ਨਹੀਂ ਹੈ ਧਿਆਨ 'ਚ ਨਹੀਂ ਆਈਗੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਡੇ ਕੋਲ ਨਹੀਂ ਹੈਗੀ ਕਿਉਂਕਿ 26 ਵਾਲਾ ਪ੍ਰੋਗਰਾਮ ਅਨਾਊਂਸ ਕੀਤਾ ਹੋਇਆ ਸਾਡੀਆਂ ਜਥੇਬੰਦੀਆਂ ਦੀਆਂ ਸਾਰੀਆਂ ਟੀਮਾਂ ਬਣਾ ਕੇ ਪੰਜਾਬ ਭੇਜੀਆਂ ਹੋਈਆਂ ਨੇ ਪੰਜਾਬ 'ਚੋਂ ਲਗਾਤਾਰ ਜਿਹੜੇ ਹੈਗੇ ਨੇ ਉਹ ਲੋਕ ਆ ਰਹੇ ਨੇ ਉਹ ਕੱਲ੍ਹ ਵੀ ਤੁਹਾਨੂੰ ਦੇਖਣ ਜਿਹੜਾ ਮਿਲ ਚੁੱਕਾ ਜਿਹੜੀ ਗੱਲ ਪ੍ਰਧਾਨ ਮੰਤਰੀ ਦੇ ਨਾਲ ਤੁਹਾਨੂੰ ਇੱਕ ਬੰਦਾ ਚੰਗਾ ਲੱਗਦਾ ਤੁਹਾਨੂੰ ਐ ਲੱਗਦਾ ਕਿ ਉਹਨਾਂ ਦੇ ਹੋਲੀ ਸੋਲੀ ਨਰਿੰਦਰ ਮੋਦੀ ਨੇ ਇਸ ਕਰਕੇ ਉਹਨਾਂ ਨੂੰ ਐ ਲੱਗਦਾ ਕਿ ਬੱਤੀਆਂ ਵੱਲੋਂ ਵੀ ਇਦਾਂ ਹੋਵੇ ਪਰ ਇਹ ਡੈਮੋਕ੍ਰੇਸੀ ਦੀ ਸਭ ਤੋਂ ਸੁਪਰੀਮ ਐਗਜ਼ਾਮਪਲ ਜਿਹੜੀ ਆ ਉਹ ਸਾਡੀਆਂ ਜਥੇਬੰਦੀਆਂ ਦਾ ਇੱਕ ਆ ਜਿੰਦੇ 'ਚ ਇੱਕ ਵਿਅਕਤੀ ਵਿਸ਼ੇਸ਼ ਕੁਝ ਨਹੀਂ ਕਰਦਾਗਾ ਸਾਰੇ ਰਲ ਮਿਲ ਕੇ ਫੈਸਲੇ ਕਰਦੇ ਹੈਗੇ ਆ ਔਰ ਇਹੀ ਗੱਲ ਆ ਜਿਹੜੀ ਉਹਨਾਂ ਨੂੰ ਤਕਲੀਫ ਜਿਹੜੀ ਆ ਪਹੁੰਚਾ ਰਹੀ ਆ ਔਰ ਇਹੀ ਗੱਲ ਨੇ ਉਹਨਾਂ ਦੀ ਹਾਰ ਦਾ ਕਾਰਨ ਬਣਾ ਔਰ ਇਹੀ ਗੱਲ ਨੇ ਸਾਡੀ ਜਿਹੜੀ ਜਿੱਤ ਦਾ ਹੈਗਾ ਉਹ ਕਾਰਨ ਬਣਨਾ ਹੈਗਾ ਲਗਾਤਾਰ BJP ਦਾ IT ਸੈੱਲ ਕੋਸ਼ਿਸ਼ਾਂ ਕਰ ਰਿਹਾ ਇੱਕ ਅੱਜ ਦੀ ਮੀਟਿੰਗ 'ਚ ਅਸੀਂ ਇਹ ਵੀ ਫੈਸਲਾ ਕੀਤਾ ਕਿ 9 ਤਰੀਕ ਨੂੰ ਜਿੰਨੀਆਂ ਜਥੇਬੰਦੀਆਂ ਦੇ ਆਗੂ ਨੇ ਮੇਨ ਆਗੂ ਸਾਹਿਬਾਨ ਉਹ ਇੱਥੇ ਸਿੰਘੂ ਸਟੇਜ ਤੇ ਹਾਜ਼ਰ ਰਹਿਣਗੇ ਔਰ ਜੋ ਲਗਾਤਾਰ ਕੂੜ ਪ੍ਰਚਾਰ ਕੀਤਾ ਜਾ ਰਿਹਾ ਲਗਾਤਾਰ ਸੋਸ਼ਲ ਮੀਡੀਆ ਤੇ ਕੁਝ ਕਿਸਾਨ ਆਗੂਆਂ ਟਾਰਗੇਟ ਕੀਤਾ ਜਾ ਰਿਹਾ ਲਗਾਤਾਰ ਕੁਝ ਆਗੂਆਂ ਦੇ ਨਾਮ ਲੈ ਕੇ ਥੱਲੇ ਵੀ ਕੁਝ ਪ੍ਰਚਾਰ ਕੀਤਾ ਜਾ ਰਿਹਾ ਵੀ ਏਜੰਸੀਆਂ ਨਾਲ ਮਿਲ ਕੇ ਜਾਂ ਹੋਰ ਇਹ ਸਾਰੀਆਂ ਗੱਲਾਂ ਤੇ ਜਿਹੜੀਆਂ ਨੇ ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਇਹਦੇ ਉੱਪਰ ਜਿਹੜੀ ਇੱਕ ਸਪੈਸ਼ਲ ਇੱਕ ਦਿਨ ਸਟੇਜ ਚੱਲੂਗੀ ਇਹ ਸਾਰੀਆਂ ਗੱਲਾਂ ਨੇ ਉਤੋਂ ਪਰਸੋਂ 9 ਤਰੀਕ ਨੂੰ ਸਾਫ਼ ਕੀਤੀਆਂ ਜਾਣਗੀਆਂ ਕਿਉਂਕਿ ਸਰਕਾਰ ਦੇ ਸਾਰੇ ਹੀਲੇ ਫੇਲ ਹੋ ਚੁੱਕੇ ਆ ਕਦੇ ਉਹਨੇ ਕਿਹਾ ਵੀ ਇਹ ਖਾਲਿਸਤਾਨੀ ਆ ਕਦੇ ਕਿਹਾ ਨਕਸਲੀ ਆ ਕਦੇ ਕਿਹਾ ਵਿਰੋਧੀ ਪਾਰਟੀਆਂ ਵਾਲੇ ਹੁਣ ਉਹ ਹੱਥਾਂ ਪੈਰਾਂ 'ਚ ਆਈ ਹੋਈ ਆ ਸਰਕਾਰ ਨੂੰ ਕੁਛ ਨਹੀਂ ਸੋਚ ਰਿਹਾ ਹੈਗਾ ਬਸ ਇੱਕੋ ਗੱਲ ਜਿਹੜੀ ਜਿਸ ਕਰਕੇ ਅੜੇ ਹੋਏ ਆ ਕਿ ਜਿਹੜਾ 7 ਸਾਲਾਂ ਦੇ ਵਿੱਚ ਇੱਕ ਦਹਿਸ਼ਤ ਦਾ ਰਾਜ ਸਿਰਜਿਆ ਸੀ ਵੀ ਇਹ ਬਹੁਤ ਮਜ਼ਬੂਤ ਸਰਕਾਰ ਆ ਬਹੁਤ ਮਜ਼ਬੂਤ ਨੇਤਾ ਇੱਕ ਕਦਮ ਵੀ ਪਿੱਛੇ ਨਹੀਂ ਹਟਦੇ ਪਹਿਲੀ ਵਾਰੀ ਆ ਕਿ ਉਹਨੂੰ ਪਿੱਛੇ ਹਟਣਾ ਪੈ ਰਿਹਾ ਪਹਿਲੀ ਵਾਰੀ ਆ
ਕਿ ਉਹਨਾਂ ਦੀ ਜਿਹੜੀ ਆ ਹਾਰ ਹੋਣ ਜਾ ਰਹੀ ਆ, ਜਿਸ ਕਰਕੇ ਹੱਥਾਂ ਪੈਰਾਂ 'ਚ ਆਏ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਵੀ ਲੋਕ ਘੱਟ ਰਹੇ ਆ ਜੀ, ਆਗੂ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਇਹਦੇ 'ਚ ਆ ਰਹੀਆਂ। ਬਾਈ ਜੀ, ਜਿਹੜਾ ਕਲਾਕਾਰ ਲਗਾਤਾਰ ਸਾਥ ਰਹੇ ਸੀ, ਉਹਨਾਂ ਦੀ ਵੱਡੀ ਭੂਮਿਕਾ ਰਹੀ ਹੈ ਇਸ ਪੂਰੇ ਮੂਵਮੈਂਟ ਦੇ ਵਿੱਚ, ਉਹਨਾਂ ਦੇ ਉੱਪਰ ਵੀ ਹੁਣ ਕਿਤੇ ਨਾ ਕਿਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹਾਲ ਹੀ ਦੇ ਵਿੱਚ ਦਲਜੀਤ ਦੋਸਾਂਝ ਦੀ ਤੁਸੀਂ ਘਟਨਾ ਸੁਣੀ ਹੋਣੀ ਹੈ, ਇੱਕ ਸ਼੍ਰੀ ਬਰਾੜਗਾ ਰਾਈਟਰ ਅਤੇ ਗਾਇਕ ਆ, ਉਹਦੇ ਉੱਪਰ ਵੀ ਹੁਣ ਪਰਚਾ ਦਰਜ ਕਰ ਦਿੱਤਾ ਗਿਆ। ਜਿਹੜੀ ਕਲਾਕਾਰਾਂ ਨੂੰ ਇਸ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਲਾਕਾਰ ਸਾਡਾ ਹੀ ਭਾਈਚਾਰਾ ਸਾਡੇ ਵਿੱਚੋਂ ਨੇ। ਦੇਖੋ, ਜੇਕਰ ਸ਼ਹੀਦ ਪਰਿਵਾਰਾਂ ਨੂੰ ਉਹ ਇੱਥੇ ਆਣ ਕੇ ਸਾਂਝ ਦਿੱਤੀ ਸਾਂਝ ਜਿਹੜਾ 20 ਲੱਖ ਰੁਪਈਆ ਦੇ ਕੇ ਜਾਂਦਾ ਹੈ, ਤਾਂ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇ ਕੇ ਜਾਂਦਾ, ਜਿਹੜੇ ਕਿਸਾਨ ਇੱਥੇ ਸ਼ਹਾਦਤ ਦਾ ਜੰਮ ਹੀ ਚੁੱਕੇ ਉਹਨਾਂ ਨੂੰ। ਜਿਸ ਤਰ੍ਹਾਂ ਦੇਖੋ, ਲੋਕ ਸਭਾ ਦਾ ਇਲੈਕਸ਼ਨ ਲੜਦੇ ਨੇ ਇਹ ਪ੍ਰਧਾਨ ਮੰਤਰੀ ਜਿਹੜੇ ਦੇਸ਼ ਦੇ ਅਸ਼ਟਮ ਆਏ ਨੇ, ਤੁਸੀਂ ਦੇਖੋ ਵੀ ਇਹਨਾਂ ਨੂੰ 35-35 ਕਰੋੜ ਰੁਪਈਏ ਦੇ ਚੈੱਕ ਮਿਲਦੇ ਨੇ ਉਹਨਾਂ ਦੇ ਘਰ, ਅੱਜ ਤੱਕ ED ਦੇ ਛਾਪੇ ਨਹੀਂ ਵੱਜੇ ਹੈਗੇ। ਅਤੇ ਜੇਕਰ 20 ਲੱਖ ਸ਼ਹੀਦ ਦੇ ਪਰਿਵਾਰਾਂ ਨੂੰ ਦੇ ਦਿੱਤਾ ਇੱਥੇ ਦਲਜੀਤ ਸਾਂਝ ਨੇ, ਤਾਂ ਕੀ ਉਹਨਾਂ ਘਰ ED ਛਾਪੇ ਵੱਜਦੇ ਨੇ? ਪਹਿਲਾਂ ਉਹਨਾਂ ਘਰ ਵੱਜਣੇ ਚਾਹੀਦੇ ਨੇ ਜਿਹੜੇ ਲੋਕ 35-35 ਕਰੋੜ ਦੇ ਚੈੱਕ ਇਹਨਾਂ ਲੋਕਾਂ ਨੂੰ ਇਲੈਕਸ਼ਨ ਲੜਨ ਵਾਸਤੇ ਦਿੰਦੇ। ਬਲਵੰਤ ਜੀ ਦੀ ਗੱਲ ਚ ਐਡ ਕਰਨੀ ਚਾਹੂੰਗਾ, ਕੱਲਾ ਕਲਾਕਾਰਾਂ ਵਾਲਾ ਮਾਮਲਾ ਨਹੀਂ ਹੈ, ਇਸ ਲਹਿਰ ਦੇ ਜਿੰਨੇ ਹਮਦਰਦ ਹੈ, ਜਿੰਨੇ ਸਪੋਰਟਰ ਆ, ਤੁਸੀਂ ਦੇਖੋ ਕਿ ਪੰਜਾਬ ਚ ਤੁਹਾਨੂੰ ਦੋ ਘਟਨਾਵਾਂ ਦੇ ਧਿਆਨ ਚ ਲਿਆਉਣਾ ਚਾਹੋਗੇ। ਗੋਆ ਸੀਟਾਂ ਤੇ 307 ਲਾਈ ਜਾ ਰਹੀ ਹੈ, ਜੇ ਹਰਜੀਤ ਗਰੇਵਾਲ ਦਾ ਵਿਰੋਧ ਕੀਤਾ ਜਾਂਦਾ 153 ਇਹਦੇ ਜਿਹੜੇ ਹੈਗੇ ਆ ਧਨੌਲੇ ਜਿਹੜੇ ਆ ਨੌਜਵਾਨਾਂ ਦੇ ਪਰਚੇ ਦਰਜ ਕੀਤੇ ਜਾਂਦੇ, ਅਸੀਂ ਇਹਨਾਂ ਦੋਨਾਂ ਘਟਨਾਵਾਂ ਦੀ ਵੀ ਨਿਖੇਧੀ ਕਰਦੇ ਹਾਂ। 307 ਦਾ ਪਰਚਾ ਜਿੱਦਣ ਉੱਥੇ ਉਹਦੇ ਖਿਲਾਫ਼ ਪ੍ਰੋਟੈਸਟ ਹੋਇਆ, ਸਾਡੀਆਂ ਜਥੇਬੰਦੀਆਂ ਆਗੂ ਸ਼ਾਮਲ ਸੀ, ਸਰਕਾਰ ਨੇ ਜਿਹੜਾ ਉਹ ਵਾਪਸ ਲਿਆ ਹੈ। ਤਾਂ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਜਿਹੜਾ ਉਹ ਕਹਿ ਰਹੇ ਹੋਗਾ ਗਵਰਨਰ ਹੀ ਰੂਲ ਆ ਸਕਦਾ, ਉਸ ਪ੍ਰੈਸ਼ਰ 'ਚ ਆ ਕੇ ਜਿਹੜੀ ਹੈਗੀ ਕਰੇੜਾ ਉਹ ਵੀ ਜਿਹੜੀ ਆ ਕਸਰੀ ਸੰਗਰੂਰ 'ਚ ਵੀ ਲਾਗੂ ਕਰ ਦਿੱਤੇ ਗਏ ਪੰਜਾਬ ਦੇ ਵਿੱਚ। ਹੁਣ ਕਹਿੰਦੇ ਕਿ ਜਿਹੜੀ ਅਗਲੀ ਫਸਲ ਖਰੀਦੀ ਜਾਏਗੀ ਤੁਹਾਡੇ ਦੀ, ਉਹ ਨਵੇਂ ਜਿਹੜੇ ਕਾਨੂੰਨ ਨੇ, ਖੇਤੀ ਆਰਡੀਨੈਂਸ ਨੇ, ਉਹਨਾਂ ਦੇ ਤਹਿਤ ਖਰੀਦੀ ਜਾਣੀ ਹੈ। ਭੂਸ਼ਣ ਆਸ਼ੂ ਹੁਣਾਂ ਨੇ ਕਿਹਾ ਕਿ ਅਸੀਂ ਰੋਕ ਨਹੀਂ ਸਕਦੇ ਕਿਉਂਕਿ ਕੇਂਦਰ ਨੇ ਲਾਗੂ ਕੀਤੇ ਨੇ ਅਤੇ ਲਾਗੂ ਹੋਣੇ ਹੀ ਹੋਣੇ। ਦੇਖੋ, ਕਾਨੂੰਨ ਤਾਂ ਲਾਗੂ ਹੋ ਹੀ ਰਹੇ ਆ, ਇਕੱਲਾ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ 2 ਮਹੀਨੇ ਪਹਿਲਾਂ ਇੱਕ ਹੋਰ ਤੋਂ ਐਡਵੋਕੇਟ ਨੇ ਮਾਮਲਾ ਉਠਾਇਆ ਸੀਗਾ ਕਿ ਉੱਥੇ ਇੱਕ ਬੰਦਾ ਉਹਨੇ ਮਾਰਕੀਟ ਬਣਾਈ ਔਰ ਉਹਨੇ ਕਿਹਾ, ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖੀ ਕਿ 2.25 ਕਰੋੜ ਰੁਪਏ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਸੀਗਾ ਅਤੇ ਜਿਹੜਾ ਕਮਿਸ਼ਨ ਜਿਹੜਾ ਉਹਦੇ ਵੱਲ ਸਰਕਾਰ ਦਾ ਟੈਕਸ ਬਣਦਾ ਸੀ ਉਹਨੇ ਨਹੀਂ ਦਿੱਤਾ ਗਾ, ਤਾਂ ਉਹ ਸਰਕਾਰ ਵੱਲੋਂ ਇਹ ਰਿਪਲਾਈ ਆਇਆ ਕਿ ਜਿਹੜਾ ਉਹ ਕੁਛ ਕਰ ਰਿਹਾ ਉਹ ਕਾਨੂੰਨ ਦੇ ਤਹਿਤ ਕਰ ਰਿਹਾ ਹੈਗਾ। ਇਸ ਕਰਕੇ ਕਾਨੂੰਨ ਤਾਂ ਜਿਹੜੇ ਨੋਟੀਫਾਈ ਹੋ ਚੁੱਕੇ, ਕਾਨੂੰਨ ਤਾਂ ਲਾਗੂ ਹੋ ਹੀ ਚੁੱਕੇ ਆ, ਕਾਨੂੰਨ ਤਾਂ ਲਾਗੂ ਹੋ ਰਹੇ, ਇਸੇ ਕਰਕੇ ਤਾਂ ਲੜ ਰਹੇ ਹਾਂ, ਇਸੇ ਕਰਕੇ ਤਾਂ ਲੜ ਰਹੇ ਕਿ ਕਾਨੂੰਨ ਜਿਹੜੇ ਹੈਗੇ ਰੱਦ ਕੀਤੇ ਜਾਣ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਵਾਂ ਬਿਆਨ ਜਾਰੀ ਕੀਤਾ, ਉਹ ਕਹਿੰਦੇ ਵੀ ਪੰਜਾਬ 'ਚ ਲਾਗੂ ਨਹੀਂ ਹੈ। ਮੁੱਖ ਮੰਤਰੀ ਨੇ ਇਸ ਤੋਂ ਬਾਅਦ ਸਪਸ਼ਟੀਕਰਨ ਦੁਬਾਰਾ ਦਿੱਤਾ ਭਾਰਤ ਭੂਸ਼ਣ ਆਸ਼ੂ ਵਾਲੇ ਬਿਆਨ ਦੀ ਚਰਚਾ ਤੋਂ ਬਾਅਦ। ਮਨਪ੍ਰੀਤ ਸਿੰਘ ਬਾਦਲ ਵੀ ਇਹੀ ਗੱਲ ਕਹਿੰਦੇ ਆ ਵਿੱਤ ਮੰਤਰੀ। ਜੇ ਨਪਿੰਦਰ ਜੀ ਉਹ ਕਹਿੰਦੇ ਕਿ ਕਾਨੂੰਨ ਨਹੀਂ ਲਾਗੂ ਤੇ ਫਿਰ ਅਵਾਰਡ ਦੇ ਵਿੱਚ ਉਸ ਬੰਦੇ ਤੇ ਜਿਹੜਾ 2.25 ਕਰੋੜ ਰੁਪਈਆ ਟੈਕਸ ਸਰਕਾਰ ਵੱਲ ਬਣਦਾ ਉਹ ਤੋਂ ਉਗਰਾਹ ਕਿਉਂ ਨਹੀਂ ਜਾ ਰਿਹਾ? ਮੁੱਖ ਮੰਤਰੀ ਦੇ ਬਿਆਨ ਨੂੰ ਕਿਵੇਂ ਦੇਖਦੇ ਆ? ਮੁੱਖ ਮੰਤਰੀ ਦਾ ਇਹ ਤਾਂ ਡਿਊਲ ਪਾਲਿਸੀ ਲੈ ਰਹੇ ਆ ਉਹ। ਉਹਨਾਂ ਨੇ ਜੇ ਇਹ ਕਹਿਤਾ ਕਿ ਕਾਨੂੰਨ ਨਹੀਂ ਲਾਗੂ ਤਾਂ ਇਹ ਸਪਸ਼ਟ ਸਵਾਲ ਆ ਉਹਨਾਂ ਦੇ ਉੱਪਰ ਤੇ ਜਿਹੜਾ 2.25 ਕਰੋੜ ਰੁਪਈਆ ਉਹ ਬੰਦਾ ਟੈਕਸ ਬਣਦਾ ਸੀ ਉਹਦੇ ਵੱਲ ਜੋ ਪੰਜਾਬ ਸਰਕਾਰ ਦੇ APMC ਐਕਟ ਦੇ ਤਹਿਤ ਟੈਕਸ ਉਤੋਂ ਗਰਾਇਆ ਜਾਣਾ ਸੀਗਾ ਉਹ ਟੈਕਸ ਉਤੋਂ ਨਹੀਂ ਲਾਇਆ ਗਿਆ। ਇਹਦਾ ਮਤਲਬ ਸਾਫ ਆ ਕਿ ਕੈਪਟਨ ਸਾਹਿਬ ਜੋ ਮਰਜ਼ੀ ਕਹੀ ਯਾਰ ਕਾਨੂੰਨ ਤੋਂ ਉੱਤੇ ਲਾਗੂ ਹੋ ਰਹੇ। ਫਿਰ ਇਸ ਵਾਰੀ ਜਿਹੜੀ ਹਾੜੀ ਦੀਆਂ ਫਸਲਾਂ ਉਹਨਾਂ ਦਾ ਨਿਰੰਤਰ ਮੁੱਲ ਮਿਲੇਗਾ, ਜਿਹੜੇ ਕਿਸਾਨ ਤੁਹਾਡੇ ਨਾਲ ਇਸ ਸੰਘਰਸ਼ ਦੇ ਵਿੱਚ ਬੈਠੇ ਆ, ਵਾਢੀ ਦਾ ਸਮਾਂ ਆਉਣਾ ਉਹ ਇਸ ਕਰਕੇ ਬੈਠੇ ਗਏ ਵੀ ਕੁਛ ਬਣੇਗਾ। ਹੁਣ ਮੀਟਿੰਗ 'ਚ ਕੋਈ ਇਹੋ ਜਿਹੀ ਗੱਲ ਕਰੋਗੇ ਕਿ ਮੁੱਲ ਜਿਹੜਾ ਉਹਨਾਂ ਨੂੰ ਪੂਰਾ ਮਿਲੇ? ਦੇਖੋ, ਉਹ ਤਾਂ ਵੀਰ ਜੀ ਗੱਲ ਇਹ ਹੈ ਕਿ ਜੇ ਕਾਨੂੰਨ ਇਹ ਲਾਗੂ ਹੋ ਗਏ ਪਰ ਕਿਸਾਨ ਦੇ ਹਿਸਾਬ ਨਾਲ ਬੈਠਿਆ ਨਾ ਜੀ ਕੁਛ ਬਣੇਗਾ, ਇਸ ਆਸ ਨਾਲ ਹੀ ਲੜਾਈ ਲੜ ਰਹੇ ਨਾ ਜੇ ਕਾਨੂੰਨ ਰਾਤੀ ਇਸੇ ਕਰਕੇ ਕਰਵਾਉਣੇ ਆ। ਅੱਛਾ, ਹੁਣ ਡਾਇਰੈਕਟਰ ਵਾਰ ਜਿਹੜੇ ਸ਼ੁਰੂ ਹੋ ਰਿਹਾ ਸਿਲਸਿਲਾ, ਇਸ ਤਰ੍ਹਾਂ ਦੇਖ ਸਕਦੇ ਆ ਕਿ ਜਥੇਬੰਦੀਆਂ ਨੂੰ ਸਮਝ ਆ ਗਿਆ ਕਿ ਟੇਬਲ ਟੋਕ ਨਾਲ ਹੁਣ ਗੱਲ ਨਹੀਂ ਬਣਨੀ, ਹੁਣ ਦਬਾਅ ਬਣਾਉਣਾ ਹੀ ਪੈਣਾ? ਸਾਡਾ ਜਿਹੜਾ ਮੋਰਚਾ ਇੱਕ ਕ੍ਰਿਟੀਕਲ ਜੰਗ ਬਹੁਤ ਨਾਜ਼ੁਕ ਸਥਿਤੀ
ਬੜਾ ਇੱਕ ਕਿਸਮ ਦਾ ਸਾਡਾ ਜਿਹੜਾ ਲੋਕਾਂ ਦਾ ਜਿਹੜਾ ਜਜ਼ਬਾ ਵੀ ਉਹ ਸਾਡੇ ਸਾਹਮਣੇ ਆਊਗਾ ਸਾਰੇ ਹਰਿਆਣੇ ਜਿੱਦ ਨਹੀਂ ਕਰਨੀ।